ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 17 ਸਪਟੈਂਬਰ ਨੂੰ ਇੱਕ ਸਾਲ ਪਹਿਲੇ ਮੋਦੀ ਸਰਕਾਰ ਨੇ ਕਿਸਾਨੀ ਵਿਰੁੱਧ 3 ਕਾਲੇ ਕਾਨੂੰਨ ਲਾਗੂ ਕੀਤੇ ਪਾਰਲੀਮੈਂਟ ਵਿੱਚ। ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ। ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ NDA ਤੋਂ ਨਾਤਾ ਤੋੜਿਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਦੇਸ਼ ਦੀ ਜਥੇਬੰਦੀ ਹੈ। ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਕਿਸਾਨਾਂ ਦੀ ਲੜਾਈ ਲੜੀ ਹੈ। ਇੱਕ ਸਾਲ 17 ਤਰੀਕ ਨੂੰ ਹੋ ਜਾਣਾ ਹੈ, ਇਸ ਦਿਨ ਨੂੰ ਆਪਾਂ ਕਾਲਾ ਦਿਨ ਬਣਾਈਏ। ਸ਼੍ਰੋਮਣੀ ਅਕਾਲੀ ਦਲ ਬੇਨਤੀ ਕਰਦਾ ਹੈ ਸਮੁੱਚੀ ਆਪਣੇ ਵਰਕਰਾਂ ਨੂੰ, ਲੀਡਰਸ਼ਿਪ ਨੂੰ, ਕਿਸਾਨ ਭਰਾਵਾਂ ਨੂੰ ਕਿ 17 ਤਰੀਕ ਨੂੰ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਉੱਥੇ ਪਹੁੰਚੀਏ। ਸਵੇਰੇ 10 ਵਜੇ ਇੱਕ ਇਤਿਹਾਸਿਕ ਮਾਰਚ ਕੱਢੀਏ ਪਾਰਲੀਮੈਂਟ ਤੱਕ, ਜਿੱਥੇ ਕਾਲੇ ਕਾਨੂੰਨ ਬਣਾਏ ਗਏ, ਅਤੇ ਉੱਥੇ ਜਾ ਕੇ ਕਾਲੇ ਕਾਨੂੰਨ ਨੂੰ ਸਾੜੀਏ ਅਤੇ ਉੱਥੇ ਦਿਖਾ ਦਈਏ ਕਿ ਕਿਵੇਂ ਦੇਸ਼ ਦੇ ਕਿਸਾਨ ਇਹਨਾਂ ਕਾਲੇ ਕਾਨੂੰਨ ਦੇ ਖਿਲਾਫ਼ ਹੈ। ਸੋ ਮੈਂ ਆਹੀ ਫਿਰ ਤੋਂ ਬੇਨਤੀ ਕਰਦਾ ਸਾਰਿਆਂ ਨੂੰ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਨੂੰ, ਆਹ ਜਿਹੜਾ ਕਾਲਾ ਦਿਨ ਜਿਹੜਾ ਆਪਾਂ ਮਨਾ ਰਹੇ ਹਾਂ 17 ਤਰੀਕ ਨੂੰ, ਇਸ ਮਾਰਚ ਨੂੰ ਜੋ ਪਾਰਲੀਮੈਂਟ ਤੱਕ ਇਹਨੂੰ ਇਤਿਹਾਸਕ ਬਣਾਈਏ ਅਤੇ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਸਵੇਰੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।